यार मैनू ना सवेरे दोस्त मिले एक ओने के कुके वाले एक बाबा वा आ कुके वाले आहो अच्छा ओने के ओनु चेक कराओ ओ यार बाबियां दे वास दा काम नहीं है डॉक्टर ने जदों कहता भी इनू गौर ने एक साल तुसी दवाई खवाओ ठीक हो जाऊगा हुण बाबियां दे वास दा काम हुंदा ते शुरू तों ही हो जांदा यार ए वी ते है ना किते दवाई काम आउंदी है किते दुआ काम आउंदी है समय लगी है कि नहीं दवा केड़ा कोई गल वा जिथे इन्ना फिरे तुरे आ ते अज उथों चक्कर इक कढा ले आने ਦਿਲ ਦੇ ਵਿੱਚ ਘੁੰਮਣਕ ਤੇ ਨਹੀਂ ਨਾ ਫਿਰ ਰਹਿੰਦਾ ਬੰਦੇ ਚਲੋ ਮੇਰੀ ਮੋਟਰਸਾਈਕਲ ਆਉਂਦੀ ਆ ਉਹ ਦੀਦੂ ਲੈ ਕੇ ਗਿਆ ਹੁੰਦਾ ਤੇ ਉਹਦੇ ਤੇ ਤੂੰ ਹੀ ਭਾਈ ਜਾ ਕੇ ਚੈੱਕ ਕਰਾ ਲੈ ਮੈਂ ਥੱਕ ਗਿਆ ਯਾਰ ਤੇ ਮੈਂ ਇਕੱਲੇ ਨਹੀਂ ਜਾਣਾ ਨਾਲ ਪਿੱਛੋਂ ਫੜ ਮੈਂ ਪਿੱਛੇ ਬਹਿ ਜਾਗਾ ਤੂੰ ਇੱਕ ਕੰਮ ਕਰ ਹਾਂ ਤੂੰ ਆ ਜਿਹੜਾ ਕੱਲ੍ਹ ਐਕਸਰੇ ਕਰਾਇਆ ਯਾਰ ਇੱਥੇ ਮੁਮਤਾਜ਼ ਦਾ ਘਰ ਆ ਇੱਥੇ ਕਿਤੇ ਹਾਂਜੀ ਮੁਮਤਾਜ਼ ਜੀ ਹਾਂਜੀ ਪੂਰਾ ਨਾਂ ਜੀ ਮੁਮਤਾਜ਼ ਹੀ ਸੀ ਮੈਂ ਮੁਮਤਾਜ਼ ਇਹ ਘਰ ਹੈ ਜੀ ਅੱਬਾ ਜੀ ਨੇ ਸਾਡੇ ਇੱਕ ਤਾਂ ਮੁਮਤਾਜ਼ ਸਾਡੇ ਵਾਲਾ ਸਾਹਿਬ ਨੇ ਮੋਟੇ ਜੇ ਬਿਸਮਿਲਲਾ ਜੀ ਬਿਸਮਿਲਲਾ ਬਿਸਮਿਲਲਾ ਫਿਰ ਤਾਂ ਤੁਸੀਂ ਭਤੀਜੇ ਲੱਗੇ ਨਾ ਜੀ ਮੇਰੇ ਹਾਂਜੀ ਹਾਂਜੀ ਕਿੱਥੇ ਅੱਬੂ ਅੱਬੂ ਘਰ ਹੀ ਨੇ ਬਿਮਾਰ ਹੁੰਦੇ ਬਿਮਾਰ ਹੋਏ ਆ ਜੀ ਸਾਲ ਇੱਕ ਹੋ ਗਿਆ ਓਹੋ ਹੋ ਹੋ ਇਨਨਾ ਲਿਲਾਹ ਵਾ ਇਨਨਾ ਇਲੈਹ ਰਾਜੂ ਨਹੀਂ ਭਾਈ ਬਿਮਾਰ ਹੋਏ ਆ ਬਿਮਾਰ ਆ ਚਾਚੂ ਹੈ ਬਿਮਾਰ ਨੇ ਬਿਮਾਰ ਨੇ ਅੱਛਾ 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 ਚਲੋ ਵਾਪਸ ਕਿੱਥੇ ਵਾਪਸ ਚੱਲੇ ਨਹੀਂ ਨਹੀਂ ਮੈਂ ਕਿਹਾ ਜਿਹੜਾ ਮੈਂ ਇੰਨਾ ਲਿਲਾਹ ਵਾ ਇੰਨਾ ਇਲੈਹ ਰਾਜੂਨ ਪੜ੍ਹਿਆ ਨਾ ਜੀ ਉਹ ਵਾਪਸ ਹੋ ਗਿਆ ਅਤੇ ਉਹਨਾਂ ਨਾਲ ਮੁਲਾਕਾਤ ਕਰ ਰਹੇ ਸੀ ਮੁਲਾਕਾਤ ਮੂੰਹ 'ਚੋਂ ਨਿਕਲੀ ਗੱਲ ਅਤੇ ਵਧੇ ਹੋਏ ਢੇਡੇ ਚਾਚੂ ਸਿਆਣੇ ਕਹਿੰਦੇ ਇਹ ਨਹੀਂ ਵਾਪਸ ਮੁੜਦੇ ਹਾਂਜੀ ਹਾਂਜੀ ਬਿਲਕੁਲ ਸਹੀ ਕਹਿ ਰਹੇ ਤੁਹਾਨੂੰ ਪਛਾਣਿਆ ਨਹੀਂ ਤੁਸੀਂ ਕੌਣ ਜੀ ਮੈਨੂੰ ਕੱਲ੍ਹ ਹੀ ਪਛਾਣਨਾ ਤੁਸੀਂ ਅੱਬੂ ਨੂੰ ਮਿਲ ਲਾਂਗਾ ਮੈਂ ਤਾਂ ਵੈਸੇ ਹੀ ਆਇਆ 40-45 ਸਾਲ ਬਾਅਦ ਅੱਛਾ 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 ਪੁਰਾਣੇ ਦੋਸਤ ਕੋਈ ਹਾਂਜੀ ਉਹ ਤੁਹਾਡੇ ਅੱਬੂ ਮੇਰੇ ਵਾਕਫ ਸੀ ਪੁਰਾਣੇ ਤੇ ਕਿੱਥੇ ਮੁਲਾਕਾਤ ਕਰਾਉਂਦੇ ਅੱਛਾ ਮੈਂ ਤਾਂ ਸਮਝਿਆ ਫੌਤ ਹੋ ਗਿਆ ਮੈਂ ਕਿਹਾ ਚਲੋ ਲੱਗਦੇ ਹੱਥ ਆਏ ਤਾਂ ਹੈ ਹੀ ਹੈ ਚਲੋ ਮੈਂ ਕਿਹਾ ਟਾਈਮ ਨਾਲ ਪਹੁੰਚ ਗਿਆ ਨਾਲ ਇਹ ਆ ਕਿ ਕੁਲਾਂ 'ਚ ਵੀ ਰਲ ਜਾਵਾਂਗਾ ਐ ਵੀ ਤੁਸੀਂ ਧੱਕੇ ਨਾਲ ਰਲੇ ਤੁਹਾਨੂੰ ਕਹਿਣ ਡਿਆ ਕਿ ਅੱਬੂ ਜਿੰਦੇ ਨੇ ਬਿਮਾਰ ਸਾਲ ਤੋਂ ਇੱਕ ਤੋਂ ਬਿਮਾਰ ਨੇ ਬਸ ਕਿਹੜਾ ਘਰ ਸੀ ਭਲਾ ਆਪਣਾ ਐ ਭਾਜੀ ਆ ਮੈਂ ਆਵਾਜ਼ ਦਿੰਦਾ ਭਾਜੀ ਤੁਸੀਂ ਲੈ ਕੇ ਆਇਓ ਮੈਂ ਆਵਾਜ਼ ਦਿੰਦਾ ਹੈ ਘਰ ਸੀ ਫਿਰ ਇਹ ਆ ਕੇ ਉਦੋਂ ਰੰਗ ਆ ਨਹੀਂ ਹੋਣਾ ਹਾਂਜੀ ਰੰਗ ਚੇਂਜ ਕਰਾ ਲਈਦਾ ਕੋਈ ਸਾਲ ਦੋ ਸਾਲਾਂ ਬਾਅਦ ਫਿਰ ਸ਼ਾਇਦ ਇੱਦਾਂ ਹੀ ਨਾ ਨਾਲੇ ਕਿਹੜਾ ਕੋਈ ਟਾਈਮ ਘੱਟ ਹੋ ਗਿਆ ਨੰਗੇ ਭਾਜੀ ਹੈ ਨੰਗੇ ਆ ਜਾਓ 40-45 ਸਾਲ ਕਿਹੜਾ ਥੋੜ੍ਹੇ ਹੁੰਦੇ ਆ ਕਿਤੇ ਉਦੋਂ ਮੈਂ ਆਹ ਮੋਟਰਸਾਈਕਲ ਨਹੀਂ ਸੀ ਉਦੋਂ ਇੱਥੇ ਖੜੀ ਇਹ ਤੁਹਾਡੇ ਆਉਣ ਤੋਂ 15 ਮਿੰਟ ਪਹਿਲੇ ਵੀ ਨਹੀਂ ਸੀ ਇਹ ਖੜੀ ਅੱਛਾ ਅੱਛਾ ਮੈਂ ਕਹਾਂ ਉਦੋਂ ਜਦੋਂ ਮੈਂ ਆਇਆ ਸੀ ਨਾ 40-45 ਸਾਲ ਪਹਿਲੇ ਉਦੋਂ ਇਹ ਨਹੀਂ ਸੀ ਇੱਥੇ ਹੁੰਦੀ ਇਹ ਨਾਲੇ ਜੀ ਮੋਟਰਸਾਈਕਲ ਆ ਇਹ ਕਿਹੜਾ ਕੋਈ ਦਰਖਤ ਲੱਗਾ ਸੀਗਾ ਕਿ ਜਿਹੜਾ ਹਜੇ ਤੱਕ ਇੱਥੇ ਲੱਗਾ ਰਹਿਣਾ ਇਹ ਕੰਧ ਉਦੋਂ ਛੋਟੀ ਜਿਹੀ ਹੁੰਦੀ ਸੀ ਇਹ ਬਸ ਨਾ ਇੰਨੀ ਕੁ ਸੀ ਉਦੋਂ ਹੁਣ ਤੱਕ ਸਹੀ ਹੋ ਗਈ ਭਾਜੀ ਲੰਘਿਆ ਮੈਂ ਤਾਂ ਦੱਸਿਆ ਕੰਧ ਉਦੋਂ ਵੀ ਐਡੀ ਸੀ ਜੀ ਅੱਬਾ ਜੀ ਸਾਨੂੰ ਦੱਸਦੇ ਰਹੇ ਆ ਕਿ ਪੋਤਾ ਮੇਰੇ ਵੇਲੇ ਦਾ ਬਣਿਆ ਮਕਾਨ ਤੁਸੀਂ ਕਿਤੇ ਕੱਦ ਕੱਢ ਲਿਆ ਆ ਜਾਓ ਆ ਜਾਵਾਂ ਜੀ ਆ ਜਾਓ ਆ ਜਾਓ ਆ ਜਾਓ ਹਾਂਜੀ ਆ ਜਾਓ ਆ ਜਾਓ ਬੰਦਾ ਆਇਆ ਮੇਰਾ ਭਾਈ ਭਾਜੀ ਇੱਧਰ ਨੇ ਕਿੱਧਰ ਆ ਪਏ ਹਾਏ 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 ਬੈਠੋ ਆ ਚਾਚੂ ਸਾਡੇ ਚਾਚੂ ਲਾਲ ਟੈਂ ਅਸਲਾਮ ਅਲੈਕੁਮ ਸਤਾ ਹਾਂਜੀ ਉਹ ਦਵਾਈ ਖਾ ਕੇ ਹਲੇ ਲੰਮਾ ਪਿਆ ਜੀ ਹੋ 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 ਬਸ ਜੀ ਇਹ ਤਾਂ ਰੱਬ ਦੇ ਕੰਮ ਨੇ ਸਾਰੇ ਦੁਆ ਕਰੋ ਕਾਦੀ ਸਿਹਤ ਯਾਬੀ ਦੀ ਅੱਛਾ ਫਿਰ ਠੀਕ ਹੈ ਯਾ ਅੱਲਾ ਮੁਮਤਾਜ਼ ਨੂੰ ਸਿਹਤ ਯਾਬੀ ਦੇ ਦੇ ਆਮੀਨ ਤੂੰ ਵੀ ਕਹਿ ਯਾਰ ਆਮੀਨ ਮੈਂ ਮੂੰਹ ਚ ਕਹਿਤਾ ਜੀ ਯਾ ਅੱਲਾ ਸਭ ਦਾ ਭਲਾ ਤੇ ਸਭ ਦੀ ਖੈਰ ਆਮੀਨ ਹਾਏ 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 ਅੱਗੇ ਭੁੱਲ ਗਏ ਉਹ ਦੁਆ ਇਹ ਜੀ ਉਹ ਭਾਜੀ ਹੁਣੀ ਉੱਥੇ ਚੌਂਕ 'ਚ ਮਿਲੇ ਅੱਛਾ ਮੈਂ ਤਾਂ ਭਾਜੀ ਬੈਠੇ ਸੀ ਅਤੇ ਉਹ ਕਹਿੰਦੇ ਮੁਮਤਾਜ਼ ਨਾਮ ਦਾ ਬੰਦਾ ਲੱਭਦੇ ਸੀ ਉਹ ਦੱਸਿਆ ਸਾਡੇ ਅੱਬੂ ਆ ਅਤੇ ਉਹ ਕਹਿੰਦੇ ਮੈਂ ਕੋਈ ਪੁਰਾਣਾ ਵਾਕਫ 40-45 ਸਾਲ ਬਾਅਦ ਇੱਥੇ ਆਇਆ ਜੀ ਅੱਛਾ 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 ਹਾਂਜੀ 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 ਇਹ ਜਦੋਂ ਨੱਚਦਾ ਹੁੰਦਾ ਸੀ ਨਾ ਜੀ ਹਾਂਜੀ ਤੁਹਾਡਾ ਅੱਬਾ ਅਤੇ ਸਾਡਾ ਅੱਬਾ ਹਾਂਜੀ 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 ਉਦੋਂ ਮੇਰੇ ਖੂਹ 'ਤੇ ਕੰਮ ਕਰਦਾ ਹੁੰਦਾ ਸੀਗਾ
छापर च ना जिदा चीज नी किसी ने बर्फी पाई होंगी जेब च ऐदा इन्हें जेब च हर टाइम बुरा पाया हों कहना यार मैं घर दसिया कि मैं आ रहे तो कम करदा तो फिर आने लगा जिम्मे बंद कहना नहीं यार सिर च घटा पै गया कदों की गल आ जी ये 40-45 साल पहले की गल आ तुस तो उदो सिगे ही नहीं बल्कि तुस तो उदो अंदर भी नहीं सिगे चाचा जी तुसी उदो अंदर इत्थे नहीं सिगे किथे इत्थे नहीं मैं तो मेरा भरा सी इत्थे ही रहने पहले भी आए हैं 40-45 साल पहले मैं आया सी इत्थे अच्छा वो ईद सी अच्छा जी इन्हे ना नचया किते उत्थे किथे मेरे खूह ते नच नच के ने अखीर करती खुसरा इहदे नेड़े ना लगे उत्थे कोई चामका सिगा इहदा कौन सी मतलब के जिहड़ा आशिक तुहाडे अब्बू दा आशिक अच्छा कोई चाचा अच्छा ओ होणा कोई अब्बू दा दोस्त आशिक दशगीर होणा इहदा आशिक इह उत्थे कुड़ी बन के नचदा सी ना खुसरा बन के तुहाडा प्यो ते ओह फिर खुसरियां दे आशिक हुंदे ने ना ते उहने रुपया मैनूं दित्ता 3000 भले वक्तां च फिर मैं वह देन आया सगा इस घर च ते उदो आया सी ता हुण मैनूं समझ नूं घर ना मतलब कि ये चाचा जी तुसी ते अब्बा जी दे नाल बड़ी ढेर रहे हैं तुसी जदों कहंदे हुंदे सी असीं दोवां भरावां ने बड़ी मेहनत कीती ते तुसी कहंदे आ मेहनत साडा प्यो अल्लाह दी रहमत दे नाल आरे ते बेहतरीन कारीगर सीगा लकड़ां मतलब चीरनियां असीं 100-100 मंजी दी बाई इक घंटे च चीर लैंदे सी हां जी 100-100 गाणा घंटे च ए ते गाने ते बाई दसदी हुंदी सी कि ताडा प्यो एडा मेहनती आ कि वड्डा मुड्ड नूं तक्का ए लाउंदा सीगा हां जी याद होना तुहानू एक वारी तुहाडा अब्बा सड़ गया सीगा तमाशबीन फिर खब्बे पासे वाला जिहड़ा पगाना फौरन पाट गया एक बंदे ने फड़िया सीगा हर शहर बार फिर खुले इलाके च जरा दुनिया ने आके साइकिल मोटरसाइकिल अपने खड़े करने होंगे हुण गली च तां नहीं ना खूह लग सकदा वैसे ये गल हुंदी ते जिंदगी दे विच सानूं भी पता लगदा चाचा जी तुसीं कदी सुणिया तुहाडे नाल जमेआ मैं गल्लां सुण के तुहाडियां हैरान हो रहा वां भी इस तरह दा ना कदी कोई वाकया ना कोई गल पहली दफा बंदा मेरे मत्थे लगा आ जिन्नी तुसीं कमाई खा खा के वड्डे होए आ ना ओह खुसरियां दी कमाई खा के वड्डे होए खुसरियां दी कीड़ी कमाई की गल कर रहा वा यार कितों लिया है कौन केड़े मुमताज की तुसी गल करते हैं मुमताज आरे वाला वा ये इदा ही कही खुसरे का आरे वाले का एक ही काम होंगे वड्डना चीर पा देने अब्बा जी का जिदा का रंग रूप आन होना इन्हों का आशक वह जल्द मेकअप बंदा कर ले ना फिर नहीं पता लगता वो जिदा का तुहाडा कसू जिहा अब्बा सीगा उदा के कसू जिहे आशक होंदे सीगे मेनू आके ऑडिशन दिता
ਰੋਟੀ ਪਾਈ ਦੀ ਆ ਗਾਣਾ ਨੀ ਪਾਈ ਦਾ ਗਾਣੇ ਵਾਲੇ ਤਵੇ ਹੋਰ ਹੁੰਦੇ ਨੇ ਉਹ ਫਿਰ ਇਹਨੇ ਗਾਣਾ ਕੀਤਾ ਇਹਨੇ ਗਾਣਾ ਕੀ ਕੀਤਾ ਉਸ ਦੌਰ ਚ ਮੇਰੇ ਕੋਲ 7000 ਰੁਪਏ ਐਡਵਾਂਸ ਲਿਆ ਕਿੰਨੀ ਦੇਰ ਮੇਰੇ ਵਾਸਤੇ ਹਾਂਜੀ ਹਾਂਜੀ ਤੇ ਤੂੰ ਐਡਵਾਂਸ ਦੀ ਖੁਸਰਿਆਂ ਵਾਲੇ ਖੂਹ ਦੇ ਐਡਵਾਂਸ ਦਾ ਜੰਮਣ ਪੁਣਾ ਹੋਇਆ ਤੇਰਾ ਯਾਰ ਇਹ ਗੱਲਾਂ ਤੁਸੀਂ ਕਿਹੜੀਆਂ ਕਰ ਰਹੇ ਆ ਕੋਈ ਇਹਨਾਂ ਗੱਲਾਂ ਦਾ ਸਾਡੇ ਨਾਲ ਕੋਈ ਤਾਲੁਕ ਹੈ ਹਾਂ 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 ਤੁਹਾਨੂੰ ਤੁਹਾਡੇ ਚੋਂ ਕਿਸੇ ਬੰਦੇ ਨੇ ਕੋਈ ਇਹਨੇ ਫਨ ਆਪਣਾ ਅੱਗੇ ਟ੍ਰਾਂਸਫਰ ਕੀਤਾ ਤੁਹਾਨੂੰ ਨੱਚਦਾ ਨੁੱਚਦਾ ਤੁਹਾਡੇ ਚੋਂ ਕੋਈ ਕਿਹੜਾ ਨੱਚਦਾ ਯਾਰ ਭਾਈ ਤੂੰ ਕੌਣ ਆ ਯਾਰ ਕਿਹੜੀਆਂ ਗੱਲਾਂ ਕਰ ਰਹੇ ਆ ਪਾਗਲ ਹੋ ਤੁਸੀਂ ਇਸ ਨਾਚੇ ਨਾ ਨਾਚ ਡੀਕੋ ਪਾਲਿਸ਼ ਦਾ ਕੰਮ ਕਰਦਾ ਮੈਂ ਫਰਨੀਚਰ ਦਾ ਸਾਡਾ ਖਾਨਦਾਨੀ ਇਹ ਕੰਮ ਆ ਤੇ ਸਾਡਾ ਚਾਚਾ ਵੀ ਉੱਥੇ ਆ ਰਹੇ ਤੇ ਹੁੰਦਾ ਸੀ ਇਹਦੇ ਕੋਲ ਹੀ ਹੁੰਨੇ ਦਿਨੇ ਤੁਸੀਂ ਡੀਕੋ ਦਾ ਵੀ ਤੇ ਫਰਨੀਚਰ ਦਾ ਕੰਮ ਕਰੀ ਜਾਈਓ ਆਹੋ ਤੇ ਇਹ ਆ ਕਿ ਰਾਤ ਨੂੰ ਮੇਰੇ ਕੋ ਆ ਗਿਆ ਆ ਮੈਂ ਫੈਸਲਾਬਾਦ ਖੂਹ ਲਾਇਆ ਕਿੱਥੇ ਅਸੀਂ ਕਰਨਾ ਡਾਂਸ ਖੁਸਰੇ ਜਿੱਦਾਂ ਤੁਹਾਡਾ ਅੱਬਾ ਖੁਸਰਾ ਸੀਗਾ ਇਦਾਂ ਹੀ ਤੁਹਾਡੇ ਤੁਸੀਂ ਵੀ ਉਹ ਯਾਰ ਤੈਨੂੰ ਕੌਣ ਕਹਿੰਦਾ ਭਾਈ ਵੀ ਇਹ ਮਤਲਬ ਮੁਮਤਾਜ਼ ਪਹਿਲੇ ਨੱਚਦਾ ਸੀਗਾ ਤੇ ਇਹ ਡਾਂਸਰ ਆ ਤੇ ਅੱਗੋਂ ਇਹਦੇ ਬੱਚੇ ਵੀ ਨੱਚਣਗੇ ਤੈਨੂੰ ਕੌਣ ਕਹਿੰਦਾ ਆ ਦੇਖੋ ਨਾ ਹੁਣ ਤੁਸੀਂ ਉਹਦੇ ਭਰਾ ਆ ਆਹੋ ਤੇ ਕਲੀਨ ਸ਼ੇਰ ਤੁਹਾਡੀ ਵੀ ਉਂਝਦੀ ਹੈ ਮਤਲਬ ਕਿ ਥੋੜਾ ਜਿਹਾ ਖੁਸਰਾ ਬਜ਼ੁਰਗ ਹੋ ਜਾਵੇ ਨਾ ਤੇ ਉਹ ਇੰਜਦਾ ਹੀ ਮੁਹਾਂਦਰਾ ਹੋ ਜਾਂਦਾ ਤੇ ਆ ਜਿਹੜਾ ਮੁੰਡਾ ਇਹਦਾ ਵੀ ਮਤਲਬ ਕਿ ਕਲੀਨ ਸ਼ੇਪ ਇੰਜਦੀ ਆ ਮਤਲਬ ਕਿ ਖੁਸਰੇ ਦਿਨੇ ਇਹੀ ਟਾਈਪ ਹੁੰਦੇ ਨੇ ਰਾਤ ਨੂੰ ਯਾਰ ਇਹ ਅੱਛਾ ਖਾਸਾ ਮਤਲਬ ਬਿਹਤਰੀਨ ਕਾਰੀਗਰ ਆ ਡੀਗੋ ਪੇਂਟ ਫਰਨੀਚਰ ਦਾ ਪਾਲਿਸ਼ ਕਰਦਾ ਇਹ ਤੇ ਸ਼ਹਿਰ 'ਚ ਇਹਦਾ ਉੱਥੇ ਕਚਹਿਰੀ ਬਾਜ਼ਾਰ ਸ਼ੋਰੂਮ ਤੇ ਉੱਤੇ ਕੰਮ ਕਰਦਾ ਉੱਥੇ ਕਲੀਨ ਸ਼ੇਪ ਬੰਦਾ ਨਹੀਂ ਜਾ ਸਕਦਾ ਆਹ ਮੁੰਡਾ ਵਾ ਬਿਹਤਰੀਨ ਫਰਨੀਚਰ ਦਾ ਕਾਰੀਗਰ ਆ ਨਹੀਂ ਅੱਜ ਦਾ ਮੁੰਡਾ ਨਾ ਇਦਾਂ ਦੇ ਖੁਸਰਿਆਂ ਨੇ ਬਦਮਾਸ਼ ਰੱਖੇ ਹੁੰਦੇ ਐਵੇਂ ਝੂਠੇ ਜਿਹੇ ਬਦਮਾਸ਼ ਅੱਛਾ ਜੀ ਤੁਸੀਂ ਮੇਰੇ ਵੀ ਐਵੇਂ ਤਮਾਸ਼ਬੀਨਾਂ ਨਾਲ ਜ਼ਰਾ ਲੜਾਈ ਲੜੂਈ ਕਰ ਲੈਣੀ ਜੇ ਕਿਸੇ ਨੇ ਵਾਧਾ ਘਟਾ ਤਾਂ ਚੁੰਡੀ ਤਫਾ ਕਿਸੇ ਨੇ ਕਰ ਲਿਆ ਏਦਾਂ ਦੇ ਬੰਦਾ ਇੱਕ ਦਾ 5-7 ਖੁਸਰਿਆਂ ਨੇ ਰਲ ਰਲ ਕੇ ਰੱਖਿਆ ਹੁੰਦਾ ਇੱਕ ਦਾ ਓ ਭਾਈ ਤੂੰ ਮੇਰਾ ਖਿਆਲ ਕਿਤੇ ਗਲਤ ਜਗ੍ਹਾ ਤੇ ਆ ਗਿਆ ਤੈਨੂੰ ਸਮਝ ਨਹੀਂ ਲੱਗਣ ਡਈ ਸਾਡਾ ਇਸ ਕੰਮ ਦੇ ਨਾਲ ਕੋਈ ਤਲਕ ਨਹੀਂ ਭਾਈ ਅਸੀਂ ਤੇ ਚਾਚਾ ਜੀ ਕਦੀ ਨਾ ਸੈਲਮਾ ਦੇਖਿਆ ਨਾ ਕਦੀ ਫਿਲਮ ਵੇਖੀ ਨਾ ਕੋਈ ਸਾਡੇ ਤੇ ਘਰ ਨਹੀਂ ਟੀਵੀ ਹੈਗਾ ਤੇ ਸਾਨੂੰ ਇਹ ਸ਼ੌਕ ਕਿੱਥੋਂ ਪੈਦਾ ਹੋਣੇ ਨਾਲੇ ਅੱਬਾ ਜੀ ਨੇ ਕੋਈ ਕੰਮ ਐਸਾ ਕੀਤਾ ਹੁੰਦਾ ਤੇ ਸਾਨੂੰ ਬਰਾਦਰੀ ਦੱਸਦੀ ਅੱਬਾ ਜੀ ਦੇ ਹੋਰ ਬੇਲੀ ਆਉਂਦੇ ਰਹੇ ਆ ਉਹ ਦੱਸਦੇ ਭਾਜੀ ਇਹ ਸਾਡਾ ਖੁਸਰੇ ਕੋਈ ਕੰਮ ਖੁਸਰੇ ਤੇ ਸੁੱਕੀ ਜਗ੍ਹਾ ਤੋਂ ਲੰਘਦੇ ਹੋਏ ਤੇ ਅਸੀਂ ਪਰੇ ਹੋ ਜਾਈਦਾ ਛਿੱਟੇ ਨਾ ਪੈ ਜਾਣ ਸਹੀ ਸਾਡੇ ਪਿਓ ਨੇ ਸਾਰੀ ਜ਼ਿੰਦਗੀ ਹੈ ਨਾ ਸਾਨੂੰ ਮਿਹਨਤ ਕਰ ਕਰਕੇ ਇਹਨਾਂ ਦਸਾਂ ਨੌਵਾਂ ਦੀ ਖਵਾਈ ਹੈ ਨਹੀਂ 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 ਖਵਾਈ ਉਹਨੇ ਦਸਾਂ ਨੌਵਾਂ ਦੀ ਹੈ ਲੇਕਿਨ ਹੱਥਾਂ ਦੇ ਨਹੀਂ ਪੈਰਾਂ ਦੇ ਨੌਵਾਂ ਦੀ ਕੋਈ ਸਾਡਾ ਇਸ ਕੰਮ ਨਾਲ ਨਾ ਤਲਕ ਆ ਨਾ ਮੇਰਾ ਭਰਾ ਇਹ ਕੰਮ ਕਰਦਾ ਸੀ ਨਾ ਬੱਚੇ ਕਰਦੇ ਆ ਸਾਡਾ ਤੇ ਇਸ ਕੰਮ ਨਾਲ ਤਲਕ ਹੀ ਕੋਈ ਨਹੀਂ ਤੈਨੂੰ ਪਤਾ ਵਾ ਆਪਣਾ ਜਿੱਦਣ ਆਪਾਂ ਸਾਈਕਲ ਚੈਂਪੀਅਨ ਤੇ ਗਏ ਪਿੰਡ ਦੇ ਬਾਹਰ ਲੱਗਾ ਬਾਬਾ ਕਿੱਦਾਂ ਮਾਰਦਾ ਲਿਆਇਆ ਸਾਨੂੰ ਉਹ ਕਹਿੰਦਾ ਹੋਣਾ ਮੈਂ ਮਸੀ ਮਸੀ ਦੇ ਇਸ ਕੰਮ ਤੋਂ ਮੁੜਿਆ ਕਿਤੇ ਮੇਰੇ ਨਿਆਣੇ ਨਾ ਲੱਗ ਜਾਣ ਉਹ ਭਾਈ ਕੀ ਹੋ ਗਿਆ ਯਾਰ ਤੁਸੀਂ ਤੇ ਅਖੀਰ ਕੀਤੀ ਪਈ ਹੈ ਤੁਸੀਂ ਸਾਡੇ ਮੂੰਹ ਤੇ ਸਾਡੇ ਪਿਓ ਨੂੰ ਬੁਰਾ ਕਹੀ ਜਾਂਦੇ ਆ ਸਾਨੂੰ ਇਸ ਕੰਮ ਦਾ ਪਤਾ ਨਾ ਹੁੰਦਾ ਜੇ ਜ਼ਿੰਦਗੀ 'ਚ ਉਹਨੇ ਕੀਤਾ ਹੁੰਦਾ ਤੂੰ ਮੂੰਹ ਪਰੇ ਨੂੰ ਕਰ ਲਾ ਫੇ ਮੈਂ ਕਹਿ ਦਿੰਦਾ ਮੂੰਹ ਪਰੇ ਨੂੰ ਕੀਤਾ ਕਰੇ ਯਾਰ ਉਹ ਕਹਿੰਦਾ ਮੇਰੇ ਮੂੰਹ ਤੇ ਕਹੀ ਜਾ ਤੂੰ ਸਾਡੇ ਮੂੰਹ ਨੂੰ ਕਹੀ ਜਾ ਤੁਸੀਂ ਤਿੰਨੇ ਹੀ ਪਰੇ ਪਰੇ ਨੂੰ ਮੂੰਹ ਕਰ ਲਓ ਤੇ ਫੇ ਮੈਂ ਕਹੀ ਜਾਣਾ ਕਿਦਾਂ ਕਹੀ ਜਾਣਾ ਜੋਗੇ ਲੈ ਜਵੇਂ ਨਹੀਂ ਫੇ ਤੁਸੀਂ ਇਹ ਤਾਂ ਕਹਿਣ ਜੋਗੇ ਹੋਗੇ ਨਾ ਕਿ ਮੈਂ ਸਾਡਾ ਮੂੰਹ ਪਰੇ ਸੀ ਇਸ ਬੰਦੇ ਨੇ ਸਾਡੇ ਮੂੰਹ ਤੇ ਗੱਲ ਨਹੀਂ ਕੀਤੀ ਯਾਰ ਭਾਜੀ ਇਹਨੂੰ ਰੋਕ ਯਾਰ ਇਹ ਤਾਂ ਗੱਲਾਂ ਕਰਦੇ ਆ ਅਸੀਂ ਆਪਣੇ ਅੱਬੇ ਨੂੰ ਅਸੀਂ ਆਪਣੇ ਅੱਬੇ ਨੂੰ ਹੁਣੇ ਠਾ ਕੇ ਉੱਤੇ ਵੇਲਾ ਦੇਣੀ ਸ਼ੁਰੂ ਕਰ ਦਈਏ ਇਹ ਤੇ ਉਹ ਗੱਲਾਂ ਕਰਨ ਦੇ ਓਏ ਯਾਰ ਕਮਾਲ ਹੋ ਗਈ ਤੁਹਾਡੀ ਉਹ ਤੇ ਬਿਮਾਰ ਆ ਸਾਲ ਹੋ ਗਿਆ ਉਹਨੂੰ ਮੰਜੀ ਤੇ ਪਿਆ ਅੱਲਾ ਪਾਕ ਉਹਨੂੰ ਸਿਹਤ ਦੇਵੇ ਦੁਆ ਕਰੋ ਹੁਣ ਕਹਿੰਦੀ ਦੁਆ ਸਿਹਤ ਦੀ ਆ ਤੇ ਸਿਹਤ ਲਈ ਅਸੀਂ ਦੁਆ ਅੱਗੇ ਸੇ ਉਹ ਨਹੀਂ ਜੀ ਰਹਿਣ ਦੇ ਥੱਤ ਥੱਲੇ ਰਗੋ ਅੱਗੇ ਸਿਹਤ ਦੀ ਕੀਤੀ ਹੈ ਅੱਛਾ ਅੱਛਾ ਚਲੋ ਕੋਈ ਦੁਆ ਕਰਾ ਕੇ ਕੋਈ ਖੁਸਰਾ ਸ਼ੁਰੂ ਕਰ ਦੇਣਾ ਕਮਾਲ ਹੈ ਯਾਰ ਤੇਰੇ ਵਾਲੀ ਯਾਰ ਤੂੰ ਉਸ ਗੱਲ ਨਹੀਂ ਮੰਨ ਰਿਹਾ ਤੂੰ ਨਹੀਂ ਅਸੀਂ ਨਹੀਂ ਮੰਨਦੇ ਵਿੱਚ ਕਿਸੇ ਕੋਲ ਅਮਰ ਪੁੱਛਦਾ ਮਮਤਾਜ਼ ਨੂੰ ਉਠਾ ਕੇ ਬਿਠਾਓ ਉਹ ਦੇਖੀ ਉਹਨੇ ਦੇਖਦੇ ਆਂ ਹੀ ਮੇਰੇ ਵੱਲ ਨਾ ਮੈਨੂੰ ਜੱਫੀ ਇੰਜ ਪਾਉਣੀ ਹੈ ਜਿਵੇਂ ਮੈਂ ਉਹਦਾ ਬੰਦਾ ਹੈ ਲੈ ਹੈ ਯਾਰ ਇਹ ਕਿਹੜੀ ਗੱਲ ਕਰਦਾ ਵਾ ਉਹ ਸਿਰ 'ਚ ਮਾਰ ਕੇ ਝਾੜ ਲਾ ਤੂੰ ਕੀ ਬਾਹਰ ਮਿੰਟ ਬਾਅਦ ਬਕਵਾਸ ਕਰਨ ਲੱਗ ਪੈਂਦਾ ਆਪਣੀ ਇੱਕ ਤੇ ਉਸ ਬੰਦੇ ਨੇ ਸਿਰ ਖਾਦਾ ਕਿ ਤੁਹਾਡਾ ਪਿਓ ਇੰਜਾ ਤੇ ਇੰਜਾ ਉਧਰੋਂ ਤੂੰ ਜੁੱਤੀਆਂ ਮਾਮਾ ਖੜਕਾਈ ਜਾਂਦਾ ਓਏ ਇੱਕ ਮਿੰਟ ਪਿਓ ਵਾਲੀ ਆਦਤ ਆ ਨਾ ਮਤਲਬ ਕਿ ਉਹ ਜੁੱਤੀਆਂ ਨਾਲ ਵੀ ਰਿਦਮ ਨਾ ਜਿਹੜਾ ਉਹ ਘੜੀ ਪਿੱਛੋਂ ਆ ਕੀ ਉਹ ਛੱਡ ਦੇ ਯਾਰ ਬਸ ਕਰ ਦੇ ਓ ਭਾਈ ਆ ਥੱਲੇ ਰੱਖ ਇਹਨਾਂ ਨੂੰ
ਉਹ ਥੱਲੇ ਰੱਖ ਦੇ ਉਹ ਭਾਜੀ ਰੱਖ ਦਿਓ ਥੱਲੇ ਕੀ ਗੱਲ ਆ ਤੁਹਾਨੂੰ ਕਮਾਲ ਹੋ ਗਈ ਯਾਰ ਤੇਰੇ ਵਾਲੀ ਉਹ ਤੈਨੂੰ ਕੋਈ ਗਲਤ ਫਹਿਮੀ ਆ ਅਸੀਂ ਐਸੇ ਲੋਕ ਨਹੀਂ ਹੈਗੇ ਜਾ ਮੇਰਾ ਵੀਰ ਕੋ ਆਪਣਾ ਨਾਲ ਰਲ ਕੇ ਜੰਮੇ ਆ ਉਹਨੂੰ ਇਸ ਗੱਲ ਦਾ ਨਹੀਂ ਪਤਾ ਤੇ ਤੈਨੂੰ ਪਤਾ ਯਾਰ ਤੈਨੂੰ ਢਾਲਾ ਮੈਨੂੰ ਐ ਲੱਗਣ ਦਿਆ ਮੈਂ ਅੱਬੇ ਤੇ ਡੇਰੇ ਤੇ ਆਇਆ ਯਕੀਨ ਕਰ ਇਹਨੂੰ ਢਾਲਾ ਮੈਂ ਤੈਨੂੰ ਕਹਿੰਦੇ ਮੈਂ ਤੈਨੂੰ ਜੁੱਤੀਆਂ ਉਹ ਫੇਰਨੀਆਂ ਨਾ ਤੇਰੀ ਵਜ੍ਹਾ ਤੋਂ ਉਹਨੇ ਆ ਗੱਲ ਕੀਤੀ ਆ ਕਿ ਰਿਦਮ ਦੇ ਵਿੱਚ ਕਰਦਾ ਪਿਓ ਪਿਓ ਸਾਰੀ ਜ਼ਿੰਦਗੀ ਢੋਲਕੀ ਦਾ ਰਿਦਮ ਸੁਣਦਾ ਰਿਹਾ ਪੁੱਤ ਹੱਥੀ ਜੁੱਤੀ ਦਾ ਰਿਦਮ ਵਜਾਈ ਕੌਣ ਕਹਿੰਦਾ ਤੈਨੂੰ ਯਾਰ ਇਸ ਕਿਸਮ ਦਾ ਤੇ ਕੰਮ ਕਦੀ ਅਸੀਂ ਸਾਡੇ ਪੂਰੇ ਖਾਨਦਾਨ ਚ ਨਹੀਂ ਕਿਸੇ ਨੇ ਕੀਤਾ ਮਮਤਾਜ਼ ਮਮਤਾਜ਼ ਉਠੋ ਠਾਈਏ ਦਰਾਬੇ ਨੂੰ ਮੈਂ ਸਦਕੇ ਜਾਵਾਂ ਓਏ ਉਠਾ ਦੱਸ ਆ ਵੇਖ ਆ ਕੌਣ ਆਇਆ ਉਠ ਉੱਠ ਕੇ ਠਾ ਦਾ ਫੜ ਕੇ ਉੱਠ ਪਿੱਛੇ ਹੱਥ ਰੱਖੀ ਜਰਾ ਆ ਵੇਖ ਆ ਕੌਣ ਆ ਵੇਖ ਆ ਓਏ ਹੋ ਆ ਵੇਖ ਆ ਆਰੇ ਤੇ ਕੰਮ ਕਰਦਾ ਰਿਹਾ ਨਹੀਂ ਹੈ ਦੱਸ ਇਹਨੂੰ ਅੱਬਾ ਹੀ ਨਹੀਂ ਜਾਣਦੇ ਨਹੀਂ ਹਾਂ ਠੀਕ ਆ ਇਹ ਤੇ ਉਹ ਮਮਤਾਜ਼ ਹੀ ਨਹੀਂ ਅਤੇ ਅਸੀਂ ਵੀ ਇਹੀ ਕਹਿੰਦੇ ਆ ਇਹ ਤੁਹਾਡੀ ਗਲਤੀ ਆ ਮੈਂ ਤੁਹਾਡੇ ਕੋਲ ਮਮਤਾਜ਼ ਦਾ ਪੁੱਛਿਆ ਅੱਛਾ ਤੁਸੀਂ ਮੈਨੂੰ ਆਪਣੇ ਘਰ ਲੈ ਆਇਆ ਇਹ ਮਮਤਾਜ਼ ਖੁਸਰਾ ਤਾਂ ਨਹੀਂ ਹੈਗਾ ਉਹ ਨਹੀਂ ਅਸੀਂ ਵੀ ਤੇ ਇਹੀ ਕਹਿੰਦੇ ਅਸੀਂ ਤੈਨੂੰ ਕਦੋਂ ਕਿਹਾ ਸੀਗਾ ਕਿ ਸਾਡਾ ਆਪਾਂ ਹੀ ਮਮਤਾਜ਼ ਖੁਸਰਾ ਤੁਸੀਂ ਕਿਹਾ ਮਮਤਾਜ਼ ਅਸੀਂ ਤੈਨੂੰ ਕਿਹਾ ਸੀਗਾ ਕਰ ਜਾ ਕੇ ਅਸਲਾਮ ਅਲੈਕਮ ਵਾ ਲੈ ਕੇ ਬੋਲ ਮੇਰੀ ਗੱਲ ਚੱਲ ਮੇਰੇ ਚ ਕਿੰਨੀ ਆਕਤ ਤੈਨੂੰ ਚਾਚਾ ਮਾਸਾ ਨਹੀਂ ਹੈਗੇ ਕਿੱਡਾ ਤੇਰਾ ਕਰਦਾ ਤੈਨੂੰ ਹੈ ਨਹੀਂ ਕਿਸੇ ਗੱਲ ਦਾ ਮੈਂ ਇੱਥੇ ਇੰਜ ਕਰਦਾ ਰਿਹਾ ਉਹ ਮੇਰੇ 45 ਸਾਲ ਪੁਰਾਣਾ ਗਵਾਚ ਖੁਸਰਾ ਲੱਭਣ ਗਿਆ ਸੀ ਇੱਥੇ ਉਹਨੇ ਚਾਹ ਪਾਈ ਨਾਲ ਦੇ ਦਾ ਭਗਾਨਾ ਪਾਟ ਗਿਆ ਐਡਾ ਤੂੰ ਕਿਤੇ ਮਗਰੋਂ ਲੈ ਕਿਤੇ ਜਾ ਕੇ ਇਹ ਸਾਰਾ ਕਸੂਰ ਤੁਹਾਡਾ ਵਾ ਉਹ ਚਾਚਾ ਸਾਡਾ ਕੀ ਕਸੂਰ ਉਹ ਬੇਵਕੂਫ ਉਹ ਜਿਹਨੂੰ ਦਿਲ ਕਰਦਾ ਮੂੰਹ ਚੁੱਕ ਕੇ ਘਰ ਲੈ ਉਹਨੇ ਤੁਸੀਂ ਉਹਨੂੰ ਪੁੱਛਿਆ ਹੈ ਪਹਿਲਾਂ ਉਹ ਕਹਿੰਦਾ ਤੁਹਾਡੇ ਬੇੜਾ ਮਿਲਣਾ ਸੀ ਲੈ ਕੇ ਆ ਗਏ ਤੇ ਸਾਡਾ ਬੇੜਾ ਮਿਲਣਾ ਵਾ ਤੇ ਉਹ ਵੇਖਾਂ ਕੀ ਕਹਿਣ ਦਿਆ ਆ ਕੇ ਇੱਥੇ ਨਹੀਂ ਤੈਨੂੰ ਕਿਹੜੀ ਤਕਲੀਫ ਸੀ ਤੂੰ ਮਿੰਟ ਬਾਅਦ ਜੁੱਤੀ ਚੱਕ ਕੇ ਇੰਜ ਖੜਕਾਈ ਜਾਂਦਾ ਹਾਂ ਉਹ ਵੀ ਸਾਡੇ ਯਾਰ ਆਪਾਂ ਗਾਣਾ ਚੱਲ ਜੀ ਨਾ ਆਵੇ ਤੇ ਉਹ ਚੱਲ ਸਾਡੇ ਆਪਾਂ ਮੈਂ ਗਾਣਾ ਕਰ ਇੱਕ ਕਰਕੇ ਦਾ ਮਤਲਬ ਕਿ ਉੱਠ ਕੇ ਦਵਾਈ ਖਾ ਲੈ ਯਾਰ ਦਵਾਈ ਦਾ ਕਹਿੰਦੇ ਆ ਯਾਰ ਦਵਾਈ ਦਾ ਕਹਿਣ ਦਿਆ ਤੂੰ ਇੱਥੇ